ਕੇਸ਼ਵ ਕੇਸ਼ਵ ਸਮੇਂ ਕੀ ਬਾਤ ਆ ਮਹਾਰਾਜਾ ਸੰਤ ਨਲਾਮਿਆ ਤੇ ਜੁਗ ਦੁਆਪਰ ਥੀ ਹੈ ਜੀ ਆਹ ਦੁਆਪਰ ਮੈਂ ਭਗਵਾਨ ਵਿਸ਼ਨੂੰ ਕੇ ਅਵਤਾਰ ਸਰ ਕ੍ਰਿਸ਼ਨ ਕੇ ਸਰ ਜੀ ਹਸਤਾ ਪਰਿਮਾ ਪੰਜ ਪੰਜ ਪਤੀ ਹੈ ਆਹ ਪ੍ਰਭ ਦੇ ਅੰਦਰ ਦਰਕਾਰ ਬਧੂ ਮਹਾਰਾਜ ਜੀ ਸਰ ਜੀ ਰਾਜੇ ਮਹਾਰਾਜਾ ਪਾਂਡਵ ਔਰ ਕੌਰਵ ਨੇ ਆਸ ਮੈਂ ਕੀਏ ਕਿ ਖੇਲ ਖੇਲਦੇ ਸੀ ਮਹਾਰਾਜਾ ਜੀ ਰਾਜੇ ਪਾਂਡਵਾਂ ਕੀ ਹਾਰ ਹੋਈ ਗਈ 12 ਸਾਲ ਬਨਵਾਸ ਰਹਿਣਾ 13ਵਾਂ ਸਾਲ ਲੱਗਿਆ ਤੇ ਬਸ ਆ ਪੰਜ ਪੰਜ ਤੇ ਛੇਵੀਂ ਦ੍ਰੋਪਦਾ ਤੇ ਕੈਸੇ ਬਨਵਾਸ ਕਾ ਸਮਾਂ ਵਿਅਤੀਤ ਲਗੇ ਥੀ ਕਰਨਾ ਜੀ ਸਰ ਜੀ ਸਰ ਹਸ ਤਰ ਪ੍ਰਕਾਰ ਰਾਜ ਕਰਦੇ ਥੀ ਤੇ ਕਿਆ ਬਨਵਾਸ ਸਾਧ ਕੀ ਬਾਤੇ ਵਾ ਮੋਰ ਗਣ ਬਨਵਾਲਾ ਜੀ ਮਾ ਪਈਆ ਅਤੇ ਹੁੰਦੇ ਆਹੁਆਂ ਦੀਆਂ ਰਾਜਿਓ ਅਤੇ ਮੁਕਦਾ ਬਾਰੂਆਂ ਮੇ ਸਾਥ ਜੈ ਜੀ ਆ
ਦੇ ਰਾਹ ਚੁੱਕੇ ਨੇ ਜੀ ਸਰ। ਅੱਗੇ ਅੱਗੇ ਰਾਜਾ ਸਤਿਆਵਾਦੀ ਔਰ ਪਿੱਛੇ ਚਾਰ ਭਾਈ, ਚਾਰ ਭਾਈ ਜੀ, ਅਤੇ ਸਭ ਤੋਂ ਪਿੱਛੇ ਪੰਚਾਲੀ ਦ੍ਰੋਪਦੀ ਚਲੋ ਮਹੀਨਾ ਹਾਰ ਤੂੰ ਰੂਪਾ ਕੇ ਤਪੇ ਕਿੜਾਰ ਦੀ ਉਹ ਤਾਂ ਦਿਓ ਕੇਵਲ ਥੇ ਮਹਾਰਾਜਾ ਚਲਦੇ ਚਲਦੇ ਬਾਰਾਂ ਵਜੇ ਦਾ ਜੇ ਟਾਈਮ ਲੱਗਾ ਹੋਣਾ ਜੀ ਸਿਕਲ ਤੋਂ ਪਹਿਲਾਂ ਜੇ ਕੋਈ ਤਾਂ ਕਾੜੀ ਧੁੱਪ ਪੈ ਗਈ ਮਹਾਰਾਜਾ ਆਹ ਕੁਝ ਤਾਂ ਦ੍ਰੋਪਦੀ ਗੱਲ ਕਰੇ ਜੀ ਸਰ ਜੀ दोस्तों आज की वीडियो का ये एंड करते हैं। आई होप दोस्तों आपको आज की वीडियो अच्छी लगी होगी। तो फ्रेंड्स जल्दी आपको नेक्स्ट पार्ट देखने को मिल जाएगा। तो जिन्होंने भी अभी तक मेरे चैनल को सब्सक्राइब नहीं किया है वो कृपया मेरे चैनल को सब्सक्राइब करें और बेल आइकन की घंटी को ऑल पे जाके प्रेस करें जिससे कि आपको मेरी नेक्स्ट आने वाली सभी वीडियो की नोटिफिकेशन मिलती रहेगी। तो फ्रेंड्स मिलते हैं किसी नेक्स्ट वीडियो में, तब तक के लिए खुश रहिए, खुशहाल रहिए, बाय बाय।